ਹੈਲੋ ਹਾਂਜੀ ਸਸਿਕਾ ਜੀ ਅਸਮੇਨ ਇਹਦੀ ਪੈਨਸ਼ਨ ਦੇ ਵੱਡੀ ਅਪਡੇਟ ਦਿੰਨਾ ਸਾਂਝੀ ਕਰਨ ਜਾ ਰਹੇ ਹਾਂ ਜੀ ਕਿੰਨੇ ਲੋਕਾਂ ਦੇ ਖਾਤਿਆਂ ਵਿੱਚ ਪੈਨਸ਼ਨ ਪਾਈ ਗਈ ਹੈ ਜੀ ਕੁਝ ਲੋਕਾਂ ਦੇ ਖਾਤਿਆਂ ਵਿੱਚ ਪੈਨਸ਼ਨ ਆ ਵੀ ਗਈ ਹੈ ਅਤੇ ਜਿਨ੍ਹਾਂ ਦੀ ਪੈਨਸ਼ਨ ਰਹਿ ਗਈ ਹੈ ਉਹ ਕੀ ਕਰਨ ਸਾਰੀ ਡਿਟੇਲ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਆਪਾਂ ਦੇਣ ਜਾ ਰਹੇ ਹਾਂ ਪਰ ਉਸ ਤੋਂ ਪਹਿਲਾਂ ਜਿਹੜੇ ਵੀ ਚੈਨਲ ਉਤੇ ਪਹਿਲੀ ਵਾਰ ਆਏ ਹਨ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੀ ਨਾਲ ਬੈਲ ਆਈਕਨ ਵਾਲਾ ਬਟਨ ਜ਼ਰੂਰ ਤੋਂ ਪ੍ਰੈਸ ਕਰ ਦਿਓ ਤਾਂ ਜੋ ਪੰਜਾਬ ਦੇ ਵਿੱਚ ਜਿਹੜੀ ਵੀ ਨਵੀਂ ਸਕੀਮ ਜਾਂ ਅਪਡੇਟ ਆਂਦੀ ਹੈ ਉਸ ਦੀ ਜਾਣਕਾਰੀ ਸਭ ਤੋਂ ਪਹਿਲਾਂ ਢੜ ਤੱਕ ਪਹੁੰਚ ਸਕੇ ਜੀ ਹਾਂਜੀ ਮੇ ਤੇ ਕਰ ਉਹਨਾਂ ਦੇ ਖਾਤਿਆਂ ਵਿੱਚ ਨਹੀਂ ਆਈ ਤੇ ਉਹ ਕੀ ਕਰਨ ਹੋ ਸਕਦਾ ਹੈ ਤੁਹਾਡਾ ਕੋਈ ਪ੍ਰੂਫ ਕਟ ਹੋਵੇ ਜਿਸ ਦੇ ਕਾਰਨ ਤੁਹਾਡੀ ਜਿਹੜੀ ਪੈਨਸ਼ਨ ਹੈ ਹਾਈ ਤੱਕ ਜਿਹੜੀ ਹੈ ਉਹ ਪੈਂਡਿੰਗ ਰੱਖੀ ਗਈ ਹੈ ਜੀ ਸਰਕਾਰ ਵੱਲੋਂ ਤੇ ਤੁਸੀਂ ਆਪਣੇ ਬੈਂਕਾਂ ਵਿੱਚ ਜਾਣਾ ਹੈ ਜੀ ਤੇ ਤੁਸੀਂ ਉੱਥੇ ਪੁੱਛਣਾ ਹੈ ਕਿ ਤੁਹਾਡਾ ਕਿਹੜਾ ਪ੍ਰੂਫ ਕਟ ਹੈ ਜਿਸ ਦੇ ਕਾਰਨ ਤੁਹਾਡੀ ਜਿਹੜੀ ਪੈਨਸ਼ਨ ਹੈ ਹਾਈ ਤੱਕ ਜਿਹੜੀ ਹੈ ਉਹ ਖਾਤੇ ਵਿੱਚ ਨਹੀਂ ਆ ਰਹੀ ਤੇ ਜੋ ਵੀ ਪ੍ਰੂਫ ਕੱਟ ਹੋਏਗਾ ਉਸ ਨੂੰ ਤੁਸੀਂ ਆਪਣਾ ਰੀਨਿਊ ਕਰਵਾ ਕੇ ਅਪਡੇਟ ਕਰਵਾ ਕੇ ਚੰਗੀ ਤਰ੍ਹਾਂ ਤੇ ਉਸ ਨੂੰ ਆਪਣੇ ਬੈਂਕ ਖਾਤੇ ਨਾਲ ਅਟੈਚ ਕਰਵਾਉਣਾ ਹੈ ਉਸ ਤੋਂ ਬਾਅਦ ਤੁਹਾਡੀ ਜਿਹੜੀ ਪੈਨਸ਼ਨ ਹੈ ਤੁਹਾਡੇ ਖਾਤੇ ਵਿੱਚ ਪਾ ਦਿੱਤੀ ਜਾਵੇਗੀ ਤੇ ਜਿਨ੍ਹਾਂ ਦੇ ਪ੍ਰੂਫ ਪੂਰੇ ਹਨ ਉਹ ਥੋੜੇ ਦਿਨ ਵੇਟ ਕਰ ਲਓ ਹੋ ਸਕਦਾ ਹੈ ਇਸੇ ਹਫਤੇ ਦੇ ਵਿੱਚ ਤੁਹਾਡੀ ਜਿਹੜੀ ਪੈਨਸ਼ਨ ਤੁਹਾਡੇ ਖਾਤੇ ਵਿੱਚ ਪਾ ਦਿੱਤੀ ਜਾਵੇ ਕਿਉਂਕਿ ਕੁਝ ਜ਼ਿਲ੍ਹਿਆਂ ਵਿੱਚ ਜਿਹੜੀ ਪੈਨਸ਼ਨ ਆ ਵੀ ਚੁੱਕੀ ਹੈ ਅਤੇ ਕੁਝ ਜ਼ਿਲ੍ਹੇ ਰਹਿ ਚੁੱਕੇ ਹਨ ਜਿਵੇਂ ਕਿ ਫਾਜ਼ਿਲਕਾ ਲੁਧਿਆਣਾ ਜਲੰਧਰ ਇਨਾਂ ਜਿਹੜੀ ਵਿੱਚ ਜਿਹੜੀ ਪੈਨਸ਼ਨ ਹਜੇ ਤੱਕ ਅ ਕਾਫੀ ਲੋਕਾਂ ਦੀ ਨਹੀਂ ਆਈ ਤੇ ਹੋ ਸਕਦੇ ਜਲਦੀ ਪੈਨਸ਼ਨ ਤੁਹਾਡੇ ਖਾਤੇ ਵਿੱਚ ਪਾ ਦਿੱਤੀ ਜਾਏ ਬਾਕੀ ਜਿਨ੍ਹਾਂ ਜ਼ਿਲ੍ਹਿਆਂ ਦੀ ਪੈਨਸ਼ਨ ਆ ਗਈ ਹੈ ਜਿਨ੍ਹਾਂ ਲੋਕਾਂ ਦੀ ਪੈਨਸ਼ਨ ਆ ਗਈ ਹੈ ਉਹ ਕਮੈਂਟਾਂ ਵਿੱਚ ਜ਼ਰੂਰ ਤੋਂ ਲਿਖ ਦਿਓ ਤਾਂ ਜੋ ਬਾਕੀਆਂ ਨੂੰ ਵੀ ਇਸ ਦਾ ਨਾਲ ਫਾਇਦਾ ਹੋ ਸਕੇ ਇਹ ਹੀ ਜਾਣਕਾਰੀ ਸੀ ਜਿਹੜੀ ਮੈਂ ਤੁਹਾਨੂੰ ਸੰਜੀ ਕਰੀ ਸੀ ਮਿਲਦੇ ਨਵੀਂ ਹੋਰ ਅਪਡੇਟ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ